ਸੁਣਦਾ ਮੈਂ ਜਿਰਰਾਜ ਸਥਾਨੀ ਅੱਜ ਵੀ ਪਹਿਲਾ ਧਰਮ ਕਿਸਾਨ। ਸਤਿ ਸ੍ਰੀ ਅਕਾਲ ਦੋਸਤੋ, ਉਮੀਦ ਹੈ ਤੁਸੀਂ ਅਤੇ ਤੁਹਾਡਾ ਪਰਿਵਾਰ ਬਿਲਕੁਲ ਤੰਦਰੁਸਤ ਹੋਵੇਗਾ। ਸਿੱਧੂ ਮੂਸੇਵਾਲਾ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦਾ ਉਹ ਪਾਰਸ ਹੈ ਜਿਹੜਾ ਕਿਸੇ ਨੂੰ ਵੀ ਹੱਥ ਲਗਾ ਕੇ ਸੋਨਾ ਬਣਾਉਣ ਦਾ ਦਮ ਰੱਖਦਾ ਹੈ। ਕਦੇ ਕਿਸੇ ਸਮੇਂ ਸੁਪਰ ਡੁਪਰ ਹਿੱਟ ਕਲਾਕਾਰ ਰਹੇ ਮਰਹੂਮ ਮੇਜਰ ਰਾਜਸਥਾਨੀ ਅਤੇ ਜਸਵਿੰਦਰ ਬਰਾੜ, ਜਿਨ੍ਹਾਂ ਦਾ ਆਪਣੇ ਸਮੇਂ ਦੇ ਵਿੱਚ ਪੂਰਾ ਸਿੱਕਾ ਚੱਲਦਾ ਸੀ, ਪਰ ਅੱਜ ਦੇ ਨੌਜਵਾਨ ਬਹੁਤੇ ਉਹਨਾਂ ਦਾ ਨਾਮ ਵੀ ਨਹੀਂ ਜਾਣਦੇ। ਪਰ ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤ ਮਾਨ ਨੇ ਆਪਣੇ ਨਵੇਂ ਗਾਣੇ ਬੰਬੀਹਾ ਬੋਲੇ ਦੇ ਵਿੱਚ ਜਦੋਂ ਦੋਵਾਂ ਦਾ ਨਾਮ ਲਿਆ ਤਾਂ ਇੱਕ ਵਾਰ ਫਿਰ ਤੋਂ ਇਹਨਾਂ ਦੋਵਾਂ ਦੇ ਨਾਮ ਦੀਆਂ ਸਰਚਾਂ ਵੱਜਣ ਲੱਗੀਆਂ ਅਤੇ ਦੋਵੇਂ ਹੀ ਚਰਚਾ ਦੇ ਵਿੱਚ ਆ ਗਏ। ਹਾਲਾਂਕਿ ਮੇਜਰ ਰਾਜਸਥਾਨੀ ਇਸ ਦੁਨੀਆ ਦੇ ਵਿੱਚ ਨਹੀਂ ਹਨ, ਪਰ ਉਹਨਾਂ ਦਾ ਪਰਿਵਾਰ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਬਾਰੇ ਕੁਝ ਖਾਸ ਗੱਲਬਾਤ ਕੀਤੀ ਹੈ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇੱਥੇ ਦੱਸਣਾ ਬਣਦਾ ਕਿ ਜਦੋਂ ਸਿੱਧੂ ਮੂਸੇਵਾਲੇ ਅਤੇ ਅੰਮ੍ਰਿਤ ਮਾਨ ਨੇ ਆਪਣੇ ਗਾਣੇ ਦੇ ਵਿੱਚ ਜਸਵਿੰਦਰ ਬਰਾੜ ਅਤੇ ਮੇਜਰ ਰਾਜਸਥਾਨੀ ਦਾ ਨਾਮ ਲਿਆ ਤਾਂ ਰਾਤੋ ਰਾਤ ਜਸਵਿੰਦਰ ਬਰਾੜ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇੰਨੇ ਜ਼ਿਆਦਾ ਫੋਲੋਅਰ ਆ ਗਏ ਜੋ ਕਿ ਹੁਣ ਤੱਕ ਵੀ ਨਹੀਂ ਸਨ, ਅਤੇ ਨਾਲ ਹੀ ਉਹਨਾਂ ਨੂੰ ਵੈਰੀਫਿਕੇਸ਼ਨ ਬੈਜ ਵੀ ਦਿੱਤਾ ਗਿਆ ਇੰਸਟਾਗ੍ਰਾਮ ਵੱਲੋਂ, ਜੋ ਕਿ ਸਿੱਧੂ ਮੂਸੇਵਾਲੇ ਦੀ ਹੀ ਔਨਲਾਈਨ ਪ੍ਰਮੋਸ਼ਨ ਕੰਪਨੀ ਗੋਲਡ ਮੀਡੀਆ ਦੇ ਯਤਨਾਂ ਸਦਕਾ ਮਿਲ ਸਕਿਆ। ਅਤੇ ਹੁਣ ਮੇਜਰ ਰਾਜਸਥਾਨੀ ਦੇ ਪਰਿਵਾਰ ਨੇ ਵੀ ਸਾਹਮਣੇ ਆ ਕੇ ਸਿੱਧੂ ਮੂਸੇਵਾਲੇ ਬਾਰੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਦਾ ਧੰਨਵਾਦ ਕੀਤਾ। ਸੋ ਆਓ ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋ, ਤੁਹਾਨੂੰ ਲੈ ਚੱਲੀਏ ਮੇਜਰ ਰਾਜਸਥਾਨੀ ਦੇ ਸਪੁੱਤਰ ਅਤੇ ਉਹਨਾਂ ਦੀ ਪਤਨੀ ਵੱਲੋਂ ਕੀਤੀ ਗਈ ਇਸ ਖਾਸ ਗੱਲਬਾਤ ਵੱਲ। ਅਤੇ ਨਾਲ ਹੀ ਦੋਸਤੋ, ਅਨਲਿਮਿਟਡ ਗਿਆਨ ਜੱਟ ਬਾਬੇ ਟੈਲੀਵਿਜ਼ਨ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਆਪਣੀ ਸਪੋਰਟ ਅਤੇ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ। ਅਤੇ ਇੰਡਸਟਰੀ ਦੀ ਹਰ ਤੇਜ਼ ਖਬਰ ਦੇ ਲਈ ਦੋਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈੱਲ ਵੀ ਔਨ ਕਰ ਲੈਣਾ। ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਮੇਜਰ ਰਾਜਸਥਾਨੀ ਦੇ ਪਰਿਵਾਰ ਦੀ ਇਸ ਲਾਈਵ ਵੀਡੀਓ ਵੱਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਨਵਦੀਪ ਰਾਜਸਥਾਨੀ, ਬੇਟਾ ਮੇਜਰ ਰਾਜਸਥਾਨੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਾਈ ਸਿੱਧੂ ਮੂਸੇਵਾਲੇ ਅਤੇ ਬਾਈ ਅੰਮ੍ਰਿਤ ਮਾਨ ਦਾ ਨਵਾਂ ਗਾਣਾ ਆਇਆ ਬੰਬੀਹਾ ਬੋਲੇ, ਉਹਨਾਂ ਵਿੱਚ ਉਹਨਾਂ ਨੇ ਫਾਦਰ ਸਾਹਿਬ ਦੇ ਨਾਮ ਦਾ ਜ਼ਿਕਰ ਕੀਤਾ। ਗਾਣੇ ਵਿੱਚ ਨਾਮ ਸੁਣ ਕੇ ਮਨ ਨੂੰ ਬਹੁਤ ਹੀ ਖੁਸ਼ੀ ਹੋਈ। ਬਹੁਤ ਸਾਰੇ ਮੇਰੇ ਵੀ ਜੋ ਕਿ ਫਾਦਰ ਸਾਹਿਬ ਦੇ ਨਾਮ ਕਰਕੇ ਮੇਰੇ ਨਾਲ ਜੁੜੇ ਹੋਏ ਸੀ, ਸਭ ਨੇ ਮੈਨੂੰ ਵਧਾਈ ਦਿੱਤਾ। ਉਹਨਾਂ ਸਭ ਤੋਂ ਵੀ ਬਹੁਤ ਬਹੁਤ ਧੰਨਵਾਦ।